ਇਹਨਾਂ ਦੇ ਵਿੱਚ ਵੀ ਗੁਰਮੁਖੋ ਪਰਮਾਤਮਾ ਦੀ ਆਤਮਾ ਉਹ ਵੱਸਦੀ ਹੈ, ਮਾਲਕ ਇਹਨਾਂ ਦੇ ਵਿੱਚ ਵੀ ਵਾਸਾ ਕਰਦਾ ਹੈ। ਪਰ ਇਹ 84 ਦੇ ਗੇੜ ਦੇ ਵਿੱਚ ਨੇ। ਮਹਾਰਾਜ ਵੱਲੋਂ ਮਨੁੱਖਾ ਜਾਮਾ ਮਿਲਦਾ ਹੈ, ਪਰ ਜੀਵਨ ਦੀ ਬਾਜ਼ੀ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿੰਦੇ ਹਾਂ, ਚੁਗਲੀ ਦੁਬਧਾ ਈਰਖਾ ਦੇ ਵੱਸ ਹੋ ਕੇ ਹਾਰ ਜਾਂਦੇ ਹਾਂ। ਨਾਮ ਨਹੀਂ ਜਪਦੇ, ਸਿਮਰ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਮਾਲਕ ਨਾਲ ਮਿਲਾਪ ਨਹੀਂ ਕਰਦੇ, ਬਾਜ਼ੀ ਹਾਰਨ ਕਰਕੇ ਫਿਰ ਸਾਨੂੰ ਇੱਥੇ ਭੂਮਲੋਕ ਦੇ ਵਿੱਚ ਭੇਜ ਦਿੱਤਾ ਜਾਂਦਾ, ਜਿੱਦਾਂ ਦੇ ਸਾਡੇ ਵਿਚਾਰ ਹੁੰਦੇ ਆ। ਹੁਣ ਭੂਮਲੋਕ ਦਾ ਸੰਬੰਧ ਜਿਹੜਾ ਗੁਰਮੁਖੋ ਉਹ ਪਤਾਲ ਲੋਕ ਵਾਲਿਆਂ ਨਾਲ ਹੁੰਦਾ ਆ। ਇਸ ਤਰ੍ਹਾਂ ਗੁਰਮੁਖੋ ਇਹ ਖੇਲ ਚੱਲਦਾ ਹੈ ਅਤੇ ਆਕਾਸ਼ ਲੋਕ ਵਾਲਿਆਂ ਦਾ ਜਿਹੜਾ ਸੰਬੰਧ ਹੈ ਭੂਮਲੋਕ ਵਾਲਿਆਂ ਨਾਲ ਹੁੰਦਾ ਆ। ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਨੇ ਕਿ ਚਰੰਕਾਲ ਪਈ ਦੁਰਲੱਭ ਦੇਹ, ਬਹੁਤ ਚਿਰਾਂ ਤੋਂ ਇਹ ਦੁਰਲੱਭ ਦੇਹ ਹੀ ਮਿਲੀ ਆ। ਨਾਮ ਵੀ ਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਗਤੇ ਪੂਰੀ, ਜਿਸ ਨਾਲ ਬੁੱਝੀ ਜਿਨ ਇਸਰੀ।